ਇੱਥੇ ਹੀ ਮਾਤਾ ਜੀ ਹੋਰ ਯਾਰ ਇੱਕ ਮਿੰਟ ਬਾਅਦ ਜੀ ਉਹ ਲਿਆਉਂਦਾ ਗੱਡੀ ਨਹੀਂ ਚਲੋ ਆਸਥਾ ਲੋਕਾਂ ਦੀ ਚੜਾ ਰਹੇ ਹਾਂ ਲੋਕ ਘੱਟੋ ਘੱਟ ਉਹਦਾ ਧਿਆਨ ਤਾਂ ਰੱਖੋ ਹੋਵੇ ਇੱਧਰ ਨਹੀਂ ਯਾਰ ਇਹਨੂੰ ਬੰਦ ਕਰਨਾ ਪਲੀਜ਼ ਬੰਦ ਹੋ ਜਾਣਾ ਮੈਂ ਲਾ ਦੋ ਤਾਕੀ ਲਾ ਦੋ ਖੋਲੀ ਵੀ ਜੇ ਅਗਲੀ ਤਾਕੀ ਖੋਲ ਦੋ ਭਾਈ ਦੇਖਿਆ ਇੱਥੇ ਜਿੰਨੇ ਵੀ ਸੱਜਣ ਇਕੱਠੇ ਹੋਏ ਸੀ ਉਹਨਾਂ ਨੇ ਵਧੀਆ ਐਗਜ਼ਾਮਪਲ ਸਥਾਪਿਤ ਕੀਤੀ ਹੈ। ਗੁਰਮੁਖ ਸਿੰਘ ਜੋ ਕਿ ਸਭ ਤੋਂ ਪਹਿਲਾਂ ਪਹੁੰਚੇ ਸੀ ਉਹਨਾਂ ਨੇ ਆਪਣੀ ਕਾਰ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੁੰਨੀਆਂ ਜਾਂ ਝੰਡੇ ਸੀ ਉਹ ਰੱਖ ਲਏ ਅਤੇ ਹੁਣ ਇਹ ਕਹਿੰਦੇ ਕਿ ਅਸੀਂ ਸੰਬੰਧਿਤ ਕਿਸੇ ਪੰਡਿਤ ਜੀ ਤੋਂ ਪਤਾ ਕਰਕੇ ਵੀ ਇਹਦਾ ਕੀ ਕੀਤਾ ਜਾਏ, ਜਲ ਪ੍ਰਵਾਹ ਕਰਨਾ ਕਿ ਅਗਨੀ ਭੇਂਟ ਕਰਨਾ, ਉਹਨੂੰ ਕਰਕੇ ਫਿਰ ਇਹ ਇਸ ਚੀਜ਼ ਨੂੰ ਸੰਭਾਲਣਗੇ। ਸੋ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ। ਗੁਰਮੁਖ ਜੀ ਹੁਣ ਤੁਸੀਂ ਕੀ ਕਰੋਗੇ ਗੱਡੀ 'ਚ ਤਾਂ ਤੁਸੀਂ ਇਹ ਗੱਡੀ ਤੁਹਾਡੀ ਹੈ? ਹਾਂਜੀ ਮੇਰੀ ਆਪਣੀ ਗੱਡੀ ਹੈ ਜੀ। ਤਾਂ ਮੈਂ ਦੇਖਿਆ ਰੇਹੜੀ ਵਾਲਾ ਕੋਈ ਸਵੇਰੇ ਸਵੇਰੇ ਆਪਣੇ ਬੱਚਿਆਂ ਨੂੰ ਲੈਣ ਜਾਂਦੇ, ਸੋ ਮੈਂ ਦੇਖਿਆ ਕਿ ਇਸ ਟਾਈਮ ਜਿਹੜਾ ਇਸਨੂੰ ਜਲ ਪ੍ਰਵਾਹ ਕਰਕੇ ਆਊਂਗਾ ਤਾਂ ਅਗਨੀ ਭੇਟ ਤਾਂ ਕਾਹਨੂੰ ਕਰਨਾ, ਕਿ ਜਿੰਨਾ ਕੁ ਮੈਨੂੰ ਪਤਾ ਕਿ ਇਸਨੂੰ ਜਲ ਪ੍ਰਵਾਹ ਹੀ ਕਰਿਆ ਜਾਵੇ। ਚਲੋ ਬਹੁਤ ਅੱਛਾ ਜਿਹੜਾ ਤੁਸੀਂ ਕਦਮ ਚੱਕਿਆ ਜੀ, ਕਿਉਂਕਿ ਧਰਮ ਦੇ ਲਈ ਧਰਮ ਸਭ ਦਾ ਸਾਂਝਾ ਹੁੰਦਾ, ਧਰਮ ਦੀ ਅਗਰ ਕਿਸੇ ਥਾਂ 'ਤੇ ਇਸ ਤਰ੍ਹਾਂ ਬੇਅਦਬੀ ਹੁੰਦੀ ਹੈ ਤਾਂ ਆਪਾਂ ਨੂੰ ਵੀ ਸੁਚੇਤ ਹੋ ਕੇ ਉਸਨੂੰ ਪਹਿਲਾਂ ਸੰਭਾਲਣਾ ਚਾਹੀਦਾ। ਅਤੇ ਜੋ ਵੀ ਹੁਣ ਤੁਸੀਂ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਜਿਹੜਾ ਇਹ ਕੰਮ ਕਰ ਰਹੇ ਹੋ ਉਸ ਤੋਂ? ਮੈਂ ਤਾਂ ਇਸ ਤੋਂ ਇਹੀ ਮੰਗ ਕਰਦਾ ਕਿ ਜਿਹੜਾ ਇਸਦੇ ਠੇਕੇ ਲਏ ਹੋਏ ਆ ਉਹਨਾਂ 'ਤੇ ਕਾਰਵਾਈ ਹੋਵੇ, ਪਲੱਸ ਮੈਂ ਸ਼ਬਦ ਇਹ ਯੂਜ਼ ਨਹੀਂ ਕਰਨਾ ਚਾਹੁੰਦਾ ਜੀ, ਉਰੇ ਕਈ ਵਾਰ ਲਾ ਲਓ ਕਿ ਜਿਸ ਟਾਈਮ ਦੇਖਿਆ ਉਰੇ ਕੁੱਤੇ ਮੋਤਰੇ ਸੀ ਜਾਂ ਡੰਗਰ, ਤਾਂ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਸੀ। ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਠੇਕੇਦਾਰ ਆ ਤਾਂ ਉਹਨਾਂ 'ਤੇ ਕਾਰਵਾਈ ਹੋਵੇ, ਅਤੇ ਮੰਦਰ ਵਾਲੇ ਜਿਹੜੇ ਵੀ ਪ੍ਰਧਾਨ ਆ ਉਹਨਾਂ ਨੂੰ ਵੀ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ, ਇਸ ਚੀਜ਼ ਕਿ ਪੂਰੀ ਹੀ ਡਿਟੇਲ ਕੱਢੀ ਜਾਵੇ, ਕੌਣ ਲਿਆ, ਕਿਵੇਂ ਹੋਇਆ, ਕਿਵੇਂ ਉਰੇ ਪਹੁੰਚੀਆਂ, ਕਿਹੜੀਆਂ ਪਈਆਂ ਅਤੇ ਨਵੀਆਂ। ਤਾਂ ਇਹ ਕਾਲੀ ਦੇਵੀ ਦੇ ਮਾਤਾ ਕੇ ਮੰਦਰ ਚੜ੍ਹਦੀਆਂ, ਭੈਰੋ ਕੇ ਚੜ੍ਹਦੀਆਂ, ਤਾਂ ਬਹੁਤ ਅਸੀਂ ਦੇਖ ਕੇ ਬੜਾ ਮਨ ਦੁਖੀ ਹੋਇਆ ਕਿ ਇਹ ਦੇਖੋ ਪੌੜੀਆਂ ਚੁਣੀਆਂ, ਤਾਂ ਇਹਨਾਂ ਨੇ ਕਿੰਨੀ ਬੇਅਦਬੀ ਕਰੀ ਜਾ ਰਹੀ ਹੈ। ਤਾਂ ਇਹ ਬੇਅਦਬੀ ਕਰਕੇ ਅਸੀਂ ਜੋ ਵੀ ਸਾਨੂੰ ਚੰਗਾ ਲੱਗਿਆ ਕਿ ਅਸੀਂ ਇੱਕ ਪੰਡਿਤ ਜੀ ਨੂੰ ਪੁੱਛਿਆ ਕਿ ਪੰਡਿਤ ਜੀ ਕੀ ਕਰ ਸਕਦੇ, ਕਹਿੰਦਾ ਬੇਟਾ ਕੁਛ ਨਹੀਂ ਕਰ ਸਕਦੇ, ਜ਼ਿਆਦਾ ਨਹੀਂ ਜਿਸ ਨੇ ਕਰਿਆ ਉਹ ਭੁਗਤੇਗਾ, ਤੁਸੀਂ ਇਸਨੂੰ ਜਲ ਪ੍ਰਵਾਹ ਕਰ ਦਿਓ ਅਤੇ ਅਸੀਂ ਇਸਨੂੰ ਰੇਹੜੀ 'ਚ ਰੱਖ ਕੇ ਤਾਂ ਜਿੰਨੇ ਵੀ ਭਰਾ ਖੜੇ ਆ ਜੋ ਵੀ ਯੋਗਦਾਨ ਹੋਊਗਾ ਅਸੀਂ ਇਹਨੂੰ ਰੇਹੜੀ 'ਚ ਪਾ ਕੇ ਇਸਨੂੰ ਜਲ ਪ੍ਰਵਾਹ ਕਰਾਂਗੇ। ਪਰ ਇਸਦਾ ਪਤਾ ਲੱਗਿਆ ਕਿ ਇਹ ਆਖਿਰ ਆਈਆਂ ਕਿੱਥੋਂ ਹੈ ਅਤੇ ਕਿਵੇਂ ਇੱਥੇ ਪਹੁੰਚੀਆਂ ਅਤੇ ਕਿਸ ਸ਼ਖਸ ਨੇ ਇੱਥੇ ਗਿਰਿਆ, ਅਤੇ ਕਿਸੇ ਸ਼ਰਾਰਤ ਹੈ ਜਾਂ ਕਿਸੇ ਦਾ ਕੋਈ ਕੰਮ ਹੈ? ਦੇਖੋ ਇਸ ਬਾਰੇ ਮੈਂ ਕੋਈ ਜਾਣਕਾਰੀ ਤਾਂ ਹੈ ਨਹੀਂ, ਪਰ ਜੇ ਇਸ ਤਰੀਕੇ ਨਾਲ ਵੇਹਦੇ ਹਾਂ ਕੋਈ ਅਣਜਾਣ ਤਾਂ ਹੈ ਨਹੀਂ, ਇੱਕ ਅੱਧੀ ਸਾਡੀ ਤਾਂ ਹੈ ਨਹੀਂ, ਇਹ ਲਾ ਲਓ ਕਾਫ਼ੀ ਢੇਰ ਹੈ। ਅਗਰ ਕਿਸੇ ਨੇ ਗੇਰੀਆ ਤਾਂ ਇੱਥੇ ਸ਼ਰਾਰਤ ਵੀ ਲਾ ਲਓ ਜਾਂ ਲਾ ਲਓ ਕੋਈ ਅਣਜਾਣ ਬੰਦੇ ਨੇ ਗੇਰਿਆ, ਇੰਨਾ ਕੋਈ ਇੱਕ ਅੱਧੀ ਚੁਣੀ ਹੋਵੇ ਅਣਦੇਖਾ ਹੋ ਸਕਦਾ, ਬਸ ਤੁਸੀਂ ਹਜ਼ਾਰਾਂ ਦੀ ਤਾਦਾਦ 'ਚ ਦੇ ਸਕਦੇ ਚੁਣੀਆਂ ਪਈਆਂ, ਅਤੇ ਲੋਕ ਉਰੇ ਖੜ ਖੜ ਕੇ ਦੇਖ ਰਹੇ ਨੇ ਕਿੰਨਾ ਉਰੇ ਜਿਹੜਾ ਆਪਣਾ ਧਰਮ ਦਾ ਜਿਹੜਾ ਆਪਣਾ ਨਿਰਾਦਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ। ਜੀ ਬਿਲਕੁਲ ਸਹੀ ਗੱਲ ਹੈ, ਅਗਰ ਕਿਸੇ ਤਰ੍ਹਾਂ ਦੀ ਸੰਸਥਾ ਹੈ ਜਾਂ ਕੋਈ ਇੱਦਾਂ ਦੀ ਚੀਜ਼ ਹੈ ਜਿਹੜੇ ਇਸ ਨੂੰ ਸੰਭਾਲਦੇ ਆ ਤੇ ਉਹ ਇਸ ਤਰ੍ਹਾਂ ਬੇਅਦਬੀ ਨਾ ਕਰਨ, ਕਿਉਂਕਿ ਜਿਹੜੇ ਹਿੰਦੂ ਧਰਮ ਦੇ ਵਿੱਚ ਆਸਥਾ ਰੱਖਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਲੋਕ ਆਪਣੀ ਸ਼ਰਧਾ ਦੇ ਜਿਹੜੇ
ਫੁੱਲ ਨੇ ਇਹ ਚੁੰਨੀਆਂ ਦੇ ਰੂਪ 'ਚ ਮਾਤਾ ਦੇ ਮੰਦਰ 'ਚ ਜਾਂ ਕਿਤੇ ਵੀ ਝੰਡੇ ਚੁੰਨੀਆਂ ਚੜ੍ਹਾਉਂਦੇ ਨੇ ਅਤੇ ਉਹਨਾਂ ਦੀ ਇਸ ਤਰ੍ਹਾਂ ਬੇਅਦਬੀ ਬਹੁਤ ਮਾੜੀ ਗੱਲ ਹੈ। ਇੱਥੇ ਹੋਰ ਵੀ ਸੱਜਣ ਬਹੁਤ ਖੜ੍ਹੇ ਆ, ਉਹਨਾਂ ਨੂੰ ਪੁੱਛਦੇ ਹਾਂ ਆਪਾਂ। ਤੁਸੀਂ ਭਾਈ ਸਾਹਿਬ ਇੱਥੇ ਪਹੁੰਚੇ ਹੋ ਅਤੇ ਕੀ ਤੁਹਾਨੂੰ ਮਹਿਸੂਸ ਹੋਇਆ ਜਦੋਂ ਤੁਸੀਂ ਇਹ ਦੇਖਿਆ? ਸਵੇਰੇ ਅਸੀਂ ਸੈਰ ਕਰਨ ਆਉਂਦੇ ਹਾਂ, ਸੈਰ ਕਰਦੇ ਲੰਘਿਆ ਅਸੀਂ ਦੇਖਿਆ ਵੀ ਉਹ ਢੇਰ ਲੱਗਿਆ ਚੁੰਨੀਆਂ ਦਾ। ਇਹ ਚੁੰਨੀਆਂ ਜਿਹਦਾ ਵੀ ਹੈ, ਜਿਹਦਾ ਵੀ ਜਿਹਨੇ ਵੀ ਕੀਤੀ ਹੈ ਬਹੁਤ ਮਾੜਾ, ਹਿੰਦੂ ਧਰਮ ਨੂੰ ਬਹੁਤ ਵੱਡੀ ਖੇਤ ਲੱਗ ਗਈ। ਹੁਣ ਆਮ ਲੋਕਾਂ ਨੂੰ ਵੀ ਆਪਾਂ ਦੇਖਦੇ ਹਾਂ ਵੀ ਹਾਂ ਵੀ ਮਾੜੀ ਮਾੜੀ ਗੱਲ 'ਤੇ ਮੁੱਦਾ ਚੱਲ ਦਿੰਦੇ ਹਾਂ। ਇਹ ਪੂਰੇ ਇਹ ਦੇਖੋ ਸਰਿਆਮ ਪਿਆ ਹੋਵੇ, ਮਾਤਾ ਜੀ ਚੁੰਨੀਆਂ ਬੇਕਦਰੀ ਹੋ ਰਹੀ ਹੈ। ਹੁਣ ਵੀ ਤਾਂ ਦੇਖੋ ਜਿਹੜੇ ਵੀ ਕਾਲੀ ਮੰਦਰ ਦੇ ਦੇਖੋ ਕਿਸ ਤਰ੍ਹਾਂ ਸਾਰੇ ਦੋਸਤ ਮਿੱਤਰ ਇੱਥੇ ਖੜ ਗਏ ਆ, ਜਿਹਨਾਂ ਨੂੰ ਧਰਮ ਦੇ ਲਈ ਪਿਆਰ ਹੈ, ਆਸਥਾ ਹੈ, ਉਹਨਾਂ ਨੂੰ। ਹਾਂਜੀ, ਕੀ ਦੇਖਿਆ ਤੁਸੀਂ ਇੱਥੇ ਆ ਕੇ? ਹਾਂ, ਦੇਖੇ ਕਿ ਇੱਥੇ ਚੁੰਨੀਆਂ ਫੜੀਆਂ, ਢੇਰ ਲਗਾ ਫੜਾ, ਇਸਮੇ ਆਗ ਲੱਗੀ ਖੜੀ ਹੈ, ਕਿਸ ਤਰ੍ਹਾਂ ਆ ਕੇ ਵੀ ਅਸੀਂ ਤਾਂ ਇੱਦਾਂ ਨਾ ਆਉਣਾ ਸੀ, ਇੱਦਾਂ ਨਹੀਂ ਇੱਥੇ ਜਗ੍ਹਾ ਉਸਦਾ ਕਲਾ ਜਿਹਾ ਜੋ ਕਦੇ ਆਸ ਕੇ ਕਦੇ ਲੱਗ ਪਾਉਂਦੀ। ਭਾਈ ਸਾਹਿਬ ਤੁਸੀਂ ਕੀ ਕਹੋਗੇ ਇਸਦਾ? ਥੋੜ੍ਹਾ ਕਿਹਾ ਜੀ, ਸੁਣਨ ਚ ਆਉਂਦਾ ਕਿ ਇਸ ਗੱਲ ਦਾ ਠੇਕਾ ਜਿਹੜਾ ਹੈਗਾ ਇਹ ਦਿੱਤਾ ਜਾਂਦਾ, ਚਾਹੇ ਉਹ ਨਾਰੀਅਲ ਹੋਵੇ ਚਾਹੇ ਕੁਛ ਹੋਵੇ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸਦਾ ਠੇਕਾ ਦਿੱਤਾ ਗਿਆ, ਟੈਂਡਰ ਦਿੱਤਾ ਗਿਆ, ਕੀ ਇਹ ਠੇਕੇਦਾਰ ਵੱਲੋਂ ਫਿੱਟੀਆਂ ਗਈਆਂ ਨੇ? ਹਾਂ ਬਿਲਕੁਲ, ਦੇਖੋ ਜਿਸੋ ਠੇਕਾ ਦੇ ਪਤਾ ਨਾ ਕਿੰਨੀਆਂ ਚੁੰਨੀਆਂ ਕਿੱਥੇ ਕਿੰਨਾ ਤੋਂ ਪਤਾ ਹੀ ਹੋਣਾ, ਉਹ ਉਹਨਾਂ ਦੀ ਜਾਣਕਾਰੀ ਤੇ ਹੁੰਦੇ ਹੋਏ ਐਡੀ ਬੜੀ ਬੇਅਦਬੀ ਹੋ ਰਹੀ ਆ। ਪਹਿਲਾਂ ਠੇਕੇਦਾਰ ਨੂੰ ਫੜ ਕੇ ਉਸ ਤੋਂ ਤਫਤੀਸ਼ ਕਰੀ ਜਾਵੇ ਕਿ ਇਹ ਹੋਇਆ ਕਿਵੇਂ ਆ, ਅਤੇ ਪਤਾ ਕਰਿਆ ਜਾਵੇ ਕਿਸ ਨੇ ਗਿਰਿਆ। ਉਹ ਹਜ਼ਾਰਾਂ ਕੈਮਰੇ ਲੱਗੇ ਹੋਏ ਦੇਖ ਵੀ ਸਕਦੇ ਆ ਉਸ 'ਚ ਕਿ ਕੌਣ ਗਿਰ ਕੇ ਗਿਆ, ਕਿਸ ਨੇ, ਕੋਈ ਸ਼ਰਾਰਤ ਤਾਂ ਨਹੀਂ ਹੈ। ਉਹ ਹਿੰਦੂ ਧਰਮ ਦੇ ਜਿਹੜੇ ਲੋਕ ਆ ਉਹਨਾਂ ਦੇ ਮਨ 'ਤੇ ਬੜੀ ਠੇਸ ਪਾਉਣਗੇ। ਅਗਰ ਇਹੀ ਕੋਈ ਸਿੱਖਾਂ ਮਾਮਲਾ ਹੁੰਦਾ ਹੁਣ ਨੂੰ ਬੜਾ ਤਕੜਾ ਹੰਗਾਮਾ ਹੋ ਜਾਂਦਾ ਅਤੇ ਪਤਾ ਲੱਗ ਜਾਂਦਾ ਕਿ ਕਿਸੇ ਦਾ ਨਿਰਾਦਰ ਕਿਵੇਂ। ਸਾਡੇ ਹਿੰਦੂ ਧਰਮ 'ਚ ਏਕਤਾ ਨਹੀਂ ਹੈਗੀ, ਹੁਣ ਲਾ ਲਓ ਨਿਰਾਦਰ ਹੋਇਆ ਤਾਂ ਹਰੇਕ ਬੰਦੇ ਦਾ ਮਨ ਦੁੱਖ ਰਿਹਾ। ਉਹਦੇ ਜਿੰਨੇ ਕੈਮਰੇ ਆ ਉਹਨਾਂ 'ਚੋਂ ਕੱਢਿਆ ਜਾਵੇ ਅਤੇ ਇਸ ਚੀਜ਼ ਜਾਣਕਾਰੀ ਕਰੀ ਜਾਵੇ। ਜੀ ਬਿਲਕੁਲ, ਹੁਣ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਅਸੀਂ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਕੀ ਅਗਲਾ ਸਟੈਪ ਦੇਖੋ? ਅਗਲਾ ਸਟੈਪ ਇਹ ਹੈ ਜੀ, ਮੈਂ ਕੈਂਪਿੰਗ ਕਰਾਂ ਜਾਂ ਰੇਡਿੰਗ ਕਰਾਂ, ਤਾਂ ਜੋ ਵੀ ਜਿਸਨੇ ਗਣਤੰਤਰ ਕਰਿਆ ਉਹ ਆਪੇ ਦੇਖੇਗਾ, ਪਰ ਮੈਂ ਇਸਨੂੰ ਜਲ ਪ੍ਰਵਾਹ ਕਰਕੇ ਆਊਂਗਾ ਜੋ ਮੇਰਾ ਧਰਮ ਬਣ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸੱਜਣ ਨੇ ਗੁਰਮੁਖ ਸਿੰਘ, ਇਹਨਾਂ ਨੇ ਘੱਟੋ ਘੱਟ ਇੰਨਾ ਸੋਚਿਆ ਕਿ ਮੈਂ ਇਸ ਧਰਮ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਇਸ ਨੂੰ ਬਚਾਉਂਦੇ ਹੋਏ ਇਸ ਸਮਾਨ ਨੂੰ ਇੱਥੋਂ ਇਕੱਠਾ ਕਰਕੇ ਕਿਤੇ ਨਾ ਕਿਤੇ ਜੋ ਸਹੀ ਥਾਂ ਹੋਏਗੀ ਉੱਥੇ ਪਹੁੰਚਾਵਾਂਗਾ। ਇੱਕ ਹੋਰ ਭਾਈ ਸਾਹਿਬ ਆਏ ਨੇ, ਇਹ ਵੀ ਇਸ ਨੇੜੇ ਦੇ ਹੀ ਨੇ। ਤੁਹਾਡਾ ਕੀ ਨਾਮ ਹੈ ਜੀ? ਵਿਜੇ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਥੇ ਚੁੰਨੀਆਂ ਦਾ ਢੇਰ ਲੱਗਿਆ ਹੋਇਆ, ਸਾਨੂੰ ਕਿਸੇ ਦੇ ਕਾਲ ਆਇਆ ਕਿ ਬੜਾ ਜ਼ਿਆਦਾ ਜਿਹੜਾ ਬੇਅਦਬੀ ਹੋ ਰਹੀ ਹੈ, ਅਤੇ ਕੀ ਕਹੋਗੇ? ਨਾਰੀਅਲ ਸ਼ਰਾਬ ਦੀ ਬੋਤਲਾਂ ਕੀ ਸੋਚਦੇ ਹੋ, ਕਿੱਥੋਂ ਆਇਆ ਹੋਣਾ ਇਹ? ਇਹ ਸਾਨੂੰ ਪੱਕਾ ਕਨਫਰਮ ਹੈ ਵੀ ਉਹਨੇ ਕਾਲੀ ਮਾਤਾ ਮੰਦਰ ਦੇ। ਦੇਖੋ ਲੋਕ ਬੜੀ ਸ਼ਰਧਾ ਨਾਲ ਆਸਥਾ ਨਾਲ ਜਿਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਮਾਤਾ ਦੇ ਦਰਬਾਰ 'ਤੇ ਚੁੰਨੀਆਂ ਚੜ੍ਹਾਉਂਦੇ ਆ, ਅਤੇ ਇਹ ਇੱਥੇ ਇਸ ਤਰ੍ਹਾਂ ਗੇਰੀ ਜਾਵੇ ਕਿਤੇ ਨਾ ਕਿਤੇ ਗਲਤ ਹੈ ਜੀ। ਸਾਡੇ ਸਾਰੇ ਹਿੰਦੂ ਨਾਮ ਆ, ਅਸੀਂ ਸਾਰੇ ਜਿੰਨੇ ਉਹਦੇ ਸੁਣੇ ਆ ਅਸੀਂ ਇਹਨਾਂ ਦੇ ਖਿਲਾਫ਼ ਹਾਂ ਜੀ, ਜਿਹੜੇ ਮਾਤਾ ਦੀਆਂ ਚੁੰਨੀਆਂ ਪੈਰਾਂ 'ਚ ਆ ਰਹੀਆਂ। ਬਿਲਕੁਲ ਜੀ ਬਿਲਕੁਲ। ਸੋ ਦੋਸਤੋ ਇਸ ਤਰ੍ਹਾਂ ਕਿਸੇ ਵੀ ਧਰਮ ਦੇ ਵਿੱਚ ਹੋਵੇ ਅਨਾਦਰ ਨਹੀਂ ਹੋਣਾ ਚਾਹੀਦਾ। ਜਿਹੜੇ ਸੰਬੰਧਿਤ ਅਧਿਕਾਰੀ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਜੇਕਰ ਕਿਸੇ ਸਮਾਜ ਦੇ ਜੋ ਲੋਕ ਆ ਉਹਨਾਂ ਦੇ ਮਨ ਨੂੰ ਠੇਸ ਪਹੁੰਚੇ ਤਾਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਕੈਮਰਾਮੈਨ ਅਨਿਲ ਦੇ ਨਾਲ ਡੇਲੀ ਪੋਸਟ ਲਈ ਅਨੁਰਾਗ ਸ਼ਰਮਾ ਪਟਿਆਲਾ।
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ। ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ 'ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid de Super Canadian Sikhya Mele ch register karo ate ek vadhiya bhavikh wal apna pehla kadam chukho. Pyramid Visa ek vadhiya zindagi.